अस्सलामु अलैकुम व रहमतुल्लाहि व बरकातुहू। दोस्तों, आज मैं आया हूँ यहाँ पे एक फार्म पे, छोटा सा डेयरी फार्म है। तो आज हम बात भी करेंगे कि छोटे डेयरी फार्मर को किन मसाइल का सामना है, क्या प्रॉब्लम्स छोटे डेयरी फार्मर के साथ हैं। तो पहले तो आपको जानवर दिखाते हैं और साथ साथ पूछते हैं क्या सिस्टम है। अस्सलामु अलैकुम नईम भाई। वालेकुम अस्सलाम जनाब डॉक्टर साहब। जी नईम भाई हैं हमारे, फार्म मैनेजर भी हैं, फार्म इंचार्ज भी हैं और फार्म के मालिक भी हैं। ये जानवर है, ये एक छोटा सा डेयरी फार्म है। नहीं भाई, आपके पास कितने जानवर हैं? तकरीबन छोटे बड़े कुल मिला के 20-22 होंगे। बाकी आप पंजाबी जी गल करते हैं। हाँ जी, नहीं भाई, को छोटे वड़े मिला के सारे कुल 22 जानवर होंगे। हाँ जी, ते अपना तुहाडे कोल दुध देने वाली किन्नियां गाइयां हैं? नहीं भाई, साढ़े को जनाब दूध देने वाली हैगियां ने 7 गाय फिलहाल, जेड़ा टाइम दूध दे रही ने। फिलहाल 7 गाइयां दुध हाँ दे रही जी, ने, ते किन्ना दुध है? नहीं भाई, 7 गाइयां ने 7 गाइयां का तकरीबन हो जाता डेली का 100 करीब। 100 ਦੇ ਕਰੀਬ। ਤੇ ਨਹੀਂ ਭਾਈ, ਤੁਸੀਂ ਨਾ ਗਾਈਆਂ ਨੂੰ ਪਾਉਂਦੇ ਕੀ ਹੋ ਅੱਜ ਕੱਲ੍ਹ? ਪੱਠੇ ਛੱਠੇ ਤੇ ਦੂਜਾ ਵੰਡਾ ਛੰਡਾ ਕੀ ਪਾ ਰਹੇ ਹੋ? ਅਸੀਂ ਆਪਣਾ ਦਸਤੀ ਵੰਡਾ ਤਿਆਰ ਕਰ ਰਹੇ ਹਾਂ ਜਨਾਬ। ਆਪਣਾ ਘਰ ਵੰਡਾ ਤਿਆਰ ਕਰ ਦਿਓ। ਜਿਹੜਾ ਘਰ ਵੰਡਾ ਪਾ ਰਹੇ ਹੋ, ਕੀ ਪਾਉਂਦੇ ਹੋ? ਅਸੀਂ ਮਕਈ ਵੀ ਪਾ ਰਹੇ ਹਾਂ, ਬਾਜਰਾ ਵੀ ਪਾ ਰਹੇ ਹਾਂ, ਗੰਦਮ ਵੀ ਪਾ ਰਹੇ ਹਾਂ, ਜੀ। ਮੂੰਜੀ ਵੀ ਪਾ ਰਹੇ ਹਾਂ, ਯਾਨੀ ਕਿ ਜਿਹੜੇ ਝੋਨਾ ਕਹਿੰਦੇ ਹਾਂ, ਇਹ ਸਾਰਾ ਕੁਛ ਅਸੀਂ ਪਾ ਰਹੇ ਹਾਂ ਇਹਨੂੰ ਹਲਕਾ, ਯਾਨੀ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਇੱਕ ਦਲੀਆ ਇਸਤੇਮਾਲ ਕੀਤਾ ਜਾਂਦਾ ਖਾਣ ਨੂੰ, ਹਾਂ, ਤੇ ਉਸ ਤਰੀਕ ਦਾ ਨੂੰ ਸਵਾਈ ਦਵਾ ਚੱਕੀ ਤੋਂ, ਸਹੀ ਹੋ ਗਿਆ। ਤੇ ਉਹਨੂੰ ਆਪਸ 'ਚ ਮਿਲਾਵਟ ਕਰ ਲਈਦਾ, ਮਿੱਠਾ ਸੋਡਾ ਵਗੈਰਾ ਇਹ ਵੋ ਸਾਰਾ ਕੁਝ ਚੀਜ਼ਾਂ ਮਿਲਾ ਕੇ ਹਾਂ, ਫਿਰ ਜਾਨਵਰ ਦੇ ਹਿਸਾਬ ਨਾਲ ਫਿਰ ਉਹਨੂੰ ਪਾਈਦਾ ਵਾ 2 ਕਿਲੋ 4 ਕਿਲੋ ਜੋ ਦੁੱਧ ਦੀ ਐਵਰੇਜ ਹੋਵੇ ਉਸ ਹਿਸਾਬ ਨਾਲ। ਠੀਕ ਹੋ ਗਿਆ। ਨਹੀਂ ਭਾਈ, ਤੁਸੀਂ ਇਹ ਨੋਟ ਨਹੀਂ ਕੀਤਾ ਵੀ ਮਤਲਬ ਪਹਿਲੇ ਵੰਡਾ ਸਸਤਾ ਬਣ ਰਿਹਾ ਸੀ, ਹੁਣ ਕੋਈ ਵੰਡੇ ਦੇ ਵਿੱਚ ਕੋਈ ਮਹਿੰਗਾਈ ਦੀ ਵਜ੍ਹਾ ਤੋਂ ਕਿੰਨਾ ਫਰਕ ਪੈ ਗਿਆ ਵੰਡੇ ਦੀ ਕੀਮਤ 'ਚ? ਤਕਰੀਬਨ ਕਮ ਸੇ ਕਮ ਹੀ ਸਾਡੇ ਕੋਲ ਜਿਹੜਾ ਫਰਕ ਪਿਆ ਨਾ, ਸਾਡੇ ਜਿਹੜੀ ਨਜ਼ਰਾਂ 'ਚ ਫਰਕ ਪੈ ਰਿਹਾ ਵਾ, ਤਕਰੀਬਨ ਸਾਨੂੰ 1 ਮਹੀਨੇ ਦੇ ਵਿੱਚ ਇੰਨਾ ਕੁ ਪੈ ਗਿਆ ਕਿ 10-12 ਹਜ਼ਾਰ ਰੁਪਏ ਦਾ ਨੁਕਸਾਨ ਸਾਨੂੰ ਪੈ ਰਿਹਾ, 10 ਤੋਂ 12 ਹਜ਼ਾਰ ਉੱਤੇ ਚਲਾ ਗਿਆ, ਉੱਤੇ ਚਲਾ ਗਿਆ। ਕਾਸਟ ਵੱਧ ਗਈ ਹਾਂ ਹੈ। ਜੀ, ਠੀਕ ਹੋ ਗਿਆ। ਦੁੱਧ ਦਾ ਰੇਟ ਕੀ ਜਾ ਰਿਹਾ ਇੱਥੋਂ? ਇੱਥੇ ਸਾਡੇ ਪਿੰਡ ਦੇ ਵਿੱਚ ਤਾਂ 70 ਜਾ ਰਿਹਾ ਵਾ, ਤੇ ਸ਼ਹਿਰ ਦੇ ਵਿੱਚ 75-80 ਜਾ ਰਿਹਾ। ਨਹੀਂ, ਤੁਹਾਡੇ ਕੋਲ ਫਾਰਮਰ ਇੱਥੋਂ ਦੁੱਧ ਦੀ ਜਿਹੜਾ ਚੁੱਕਦਾ ਕਿੰਨੇ ਰੁਪਈਏ ਹੈ ਫਾਰਮ ਤੋਂ? 60 60 60 ਰੁਪਈਏ ਰੁਪਏ 60 ਰੁਪਈਏ ਦੇ ਨਾਲ ਤੇ ਮੇਰੇ ਹਿਸਾਬ 'ਚ ਪੂਰਾ ਹੀ ਨਹੀਂ ਹੁੰਦਾ ਕੰਮ। ਨਹੀਂ ਹੋ ਰਿਹਾ ਪੂਰਾ, ਕੰਮ ਪੂਰਾ ਨਹੀਂ ਨਾ ਹੁੰਦਾ 60 ਰੁਪਏ ਦੇ ਹਿਸਾਬ ਨਾਲ, ਤੇ ਵਾਰਾ ਹੀ ਨਹੀਂ ਖਾਂਦਾ। ਅੱਛਾ, ਤੇ ਤੁਸੀਂ ਦੱਸੋ ਇਹਨਾਂ ਦੀ ਸਿਹਤ ਵਾਸਤੇ? ਮਾਸ਼ਾਅੱਲਾ, ਜਾਨਵਰ ਤੁਸੀਂ ਸਾਰੇ ਵੇਖ ਸਕਦੇ ਹੋ, ਜਾਨਵਰ ਸਿਹਤ 'ਚ ਬਹੁਤ ਅੱਛੇ ਨੇ। ਕੋਈ ਵੀ ਜਾਨਵਰ ਤੁਹਾਨੂੰ ਕਮਜ਼ੋਰ ਨਹੀਂ ਨਜ਼ਰ ਆਏਗਾ ਅੱਲਾ ਦੇ ਹੁਕਮ ਨਾਲ। ਤੇ ਵੰਡਾ ਤੁਸੀਂ ਕਿੰਨਾ ਕਿੰਨਾ ਪਾ ਦਿੰਦੇ ਹੋ ਫੀਡ ਡੰਗਰ ਨੂੰ? ਉਹ ਡਾਕਟਰ ਸਾਹਿਬ ਹੈਗਾ ਸਾਡੇ ਨਾ ਦੁੱਧ ਦੇ ਹਿਸਾਬ ਦੇ ਨਾਲ, ਹਾਂ, ਅਗਰ ਸਾਡੀ ਇੱਕ ਗਾਏ 10 ਕਿਲੋ ਟਾਈਮ ਦਾ ਦੁੱਧ ਦੇ ਰਹੀ ਹੈ, ਹਾਂ, ਉਹਨੂੰ ਅਸੀਂ ਇੱਕ ਟਾਈਮ ਦਾ ਵੰਡਾ 3 ਤੋਂ 4 ਕਿਲੋ ਪਾ ਰਹੇ ਹਾਂ, ਠੀਕ ਹੋ ਗਿਆ। ਯਾਨੀ ਕਿ ਦਿਹਾੜੀ ਦਾ ਵੰਡਾ ਉਹਨੂੰ 8 ਕਿਲੋ ਪੈ ਰਿਹਾ। 8 ਕਿਲੋ ਪੈ ਗਿਆ, ਹਾਂ, ਇੱਕ ਟਾਈਮ ਦਾ 10 ਕਿਲੋ ਦੁੱਧ ਦੇ ਰਹੀ ਹੈ ਹਾਂ। ਤੇ 4 ਕਿਲੋ ਵੰਡਾ ਖਾ ਰਹੀ ਹੈ। ਅੱਛਾ, ਚਲੋ ਮਾਸ਼ਾਅੱਲਾ। ਤੇ ਨਾਲ ਇਹ ਆ ਵੀ ਤੁਸੀਂ ਇਹਨਾਂ ਨੂੰ ਕੋਈ ਮਸਾਲਾ ਸ਼ਸਾਲਾ ਕੀ ਦਿੰਦੇ ਹੋ? ਹਾਂਜੀ, ਮਸਾਲਾ ਵੀ ਅਸੀਂ ਆਪਣਾ ਦਸਤੀ ਤਿਆਰ ਕਰੀਦਾ ਵਾ, ਤੁੰਮੇ ਵਗੈਰਾ ਹੋ ਗਏ ਜਿਹਨੂੰ ਕਹਿੰਦੇ ਨੇ, ਤੁਮੇ ਪਤਾ ਸਭ ਨੂੰ, ਤੁੰਮੇ, ਕੋਟ ਤੁਮੇ। ਹਾਂਜੀ, ਕੋਟ ਤੁੰਮੇ ਹੋ ਗਏ, ਪਨੀਰ ਹੋ ਗਿਆ, ਅੱਛਾ, ਹੋਰ ਜਵੈਣ ਵਗੈਰਾ ਇਹ ਉਹ ਚੀਜ਼ਾਂ ਨਹੀਂ ਨਹੀਂ ਸਾਰੀਆਂ ਸ਼ਾਵਾਂ ਮਿਲਾ ਕੇ, ਜੇ ਹੈਗਾ ਦੱਸ ਦਿਓ ਨਾ ਕਿਹੜੀਆਂ ਕਿਹੜੀਆਂ ਸ਼ਾਵਾਂ। ਉਹ 'ਚ ਜਵੈਣ ਵੀ ਪਾਈ ਦੀ ਆ, ਕੋਟ ਤੁੰਮਾ ਵੀ ਪਾਈ ਦਾ ਵਾ, ਪਨੀਰ ਵੀ ਪਾਈ ਦਾ ਵਾ, ਕਾਲਾ ਨਮਕ ਵੀ ਪਾਈ ਦਾ ਵਾ, ਮਿੱਠਾ ਸੋਡਾ ਵੀ ਪਾਈ ਦਾ ਵਾ, ਵਾਈਟ ਨਮਕ ਵੀ ਪਾਈ ਦਾ ਵਾ, ਠੀਕ ਆ। ਇਹ ਸਾਰਾ ਕੁਝ ਮਿਲਾ ਕੇ ਫਿਰ ਉਹਨਾਂ ਨੂੰ ਇੱਕ ਦਿਨ ਛੱਡ ਕੇ ਦੂਸਰੇ ਦਿਨ ਲਾਜ਼ਮੀ ਇਹ ਖੁਰਾਕ ਦੇਣੀ ਹੈ। ਅੱਛਾ, 1 ਦਿਨ ਛੱਡ ਕੇ ਦੂਜੇ ਦਿਨ ਦਿੰਦੇ ਹੋ? ਹਾਂਜੀ। ਤੇ ਇਹ ਨਾਲ ਨਾਲ ਤੁਸੀਂ ਹਰਾ ਮਸਾਲਾ ਵੀ ਦਿੰਦੇ ਹੋ? ਹਾਂਜੀ, ਹਰਾ ਮਸਾਲਾ ਕਿਹੜਾ ਦਿੰਦੇ ਹੋ? ਹਰੀ ਮਿਰਚ, ਅਦਰਕ, ਪਿਆਜ਼ ਦਿੰਦੇ ਹੋ? ਕੋਈ ਨਹੀਂ ਦਿੰਦੇ, ਦਿੰਦੇ ਬਿਲਕੁਲ, ਹਰੀ ਮਿਰਚ ਵੀ ਦੇਈ ਦੀ ਆ, ਪਿਆਜ਼ ਵੀ ਦੇਈ ਦੇ, ਅਦਰਕ ਵੀ ਦੇਈ ਦੇ ਆ। ਠੀਕ ਹੋ ਗਿਆ ਇਹ ਸਾਰਾ ਮਾਸ਼ਾਅੱਲਾ। ਹਫਤੇ 'ਚ 1 ਦਿਨ ਦਾ ਟਾਈਮ ਰੱਖਿਆ ਹੋਇਆ ਸੀ ਇਹ। ਹਫਤੇ 'ਚ ਇੱਕ ਵਾਰੀ, ਮਾਸ਼ਾਅੱਲਾ ਹਾਂਜੀ, ਮਾਸ਼ਾਅੱਲਾ। ਤੇ ਤੁਸੀਂ ਮੇਰਾ ਖਿਆਲ ਹੈ ਪਹਿਲੇ ਸ਼ੁਰੂ ਕੀਤਾ ਸੀ ਵੀ ਹਫਤੇ ਬਾਅਦ ਮਿਰਚਾਂ ਦਿੰਦੇ ਹੁੰਦੇ ਸੀ, ਕਿ 3 ਦਿਨਾਂ ਬਾਅਦ? ਮੈਨੂੰ ਯਾਦ ਨਹੀਂ ਹੁਣ। ਨਹੀਂ, ਉਹ ਅਸੀਂ ਇਸ ਤਰ੍ਹਾਂ ਕਿ ਹਫਤੇ 'ਚ 2 ਦਫਾ ਦੇਈਦਾ ਸੀ ਇਹਨਾਂ ਨੂੰ ਮਿਰਚਾਂ, ਅਦਰਕ ਵਗੈਰਾ, ਤੇ ਜੁੰਮੇ ਵਾਲੇ ਦਿਨ ਅਸੀਂ ਇਹਨਾਂ ਨੂੰ ਦਿੰਦੇ ਹੁੰਦੇ ਸੀ ਜਾ ਕੇ ਗੁਲਕੰਦ, ਹਾਲੋਂ ਤੇ ਜੀਰਾ। ਤੁਸੀਂ ਜਦੋਂ ਇੰਨੇ ਜ਼ਿਆਦਾ ਮਸਾਲੇ ਦਿੱਤੇ ਸੀ, ਤੇ ਉਹਦਾ ਤੁਹਾਨੂੰ ਫਾਇਦਾ ਹੋਇਆ ਸੀ ਜਾਂ ਕੋਈ ਨੁਕਸਾਨ ਹੋਣ ਲੱਗ ਪਿਆ ਸੀ? ਤਕਰੀਬਨ ਠੀਕ ਹੀ ਰਿਹਾ ਸੀ, ਗਰਮੀਆਂ ਨੂੰ ਆਣ ਕੇ ਥੋੜ੍ਹਾ ਜਿਹਾ ਕੋਈ ਮਹਿਸੂਸ ਹੋਇਆ ਸੀ ਕਿ ਗਰਮੀ ਜ਼ਿਆਦਾ ਮਹਿਸੂਸ ਕਰ ਰਹੇ ਨੇ ਜਾਨਵਰ,
तकरीबन ठीक सीगा काम। ਤੁਸੀਂ ਕੀ ਸਮਝਦੇ ਹੋ ਵੀ ਇਹ ਜਾਨਵਰ ਨੇ ਇਹਨਾਂ ਨੂੰ ਇੱਕ ਰੂਟੀਨ ਦੇ ਵਿੱਚ ਮਤਲਬ ਮਸਾਲੇ ਵੀ ਦੇਣੇ ਆ ਤੇ ਘੱਟ ਦੇਣੇ ਚਾਹੀਦੇ ਆ ਜਾਂ ਬਸ ਜਿੱਦਾਂ ਤੁੰਨ ਕੇ ਰੱਖੋ ਤੇ ਕੰਮ ਸਹੀ ਰਹਿੰਦਾ? ਨਹੀਂ ਨਹੀਂ ਉਹਦੇ ਸਿਹਤ ਦੇ ਹਿਸਾਬ ਨਾਲ ਦੇਣੇ ਚਾਹੀਦੇ। ਅੱਛਾ, ਠੀਕ ਹੋ ਗਿਆ। ਹਾਂਜੀ, ਜਾਨਵਰ ਦੇ ਪੇਟ ਦੇ ਹਿਸਾਬ ਨਾਲ, ਸਿਹਤ ਦੇ ਹਿਸਾਬ ਨਾਲ, ਜਿਵੇਂ ਚਾਰਾ ਖਾਣ ਉਸ ਹਿਸਾਬ ਨਾਲ ਦੇਣੇ ਚਾਹੀਦੇ ਨੇ। ਨਹੀਂ ਭਾਈ, ਤੁਸੀਂ ਫਾਰਮ ਕਿੰਨਾ ਅਰਸਾ ਹੋ ਗਿਆ ਪਾਇਆ ਨੂੰ? ਸਾਨੂੰ ਤਕਰੀਬਨ ਕੋਈ ਫਾਰਮ ਪਾਇਆ ਨੂੰ ਹੋਏ ਹੀ ਨੇ 5-6 ਸਾਲ। 5-6 ਸਾਲ ਹੋ ਗਏ ਨੇ ਵਿੱਚ ਆ ਗਈ ਮੈਨੂੰ ਅਸਲ 'ਚ ਕਾਲ ਤੇ। ਜੀ ਜੀ, 5-6 ਸਾਲ ਹੋ ਗਏ, ਮਤਲਬ ਸਹੀ ਤਰੀਕੇ ਨਾਲ ਫਾਰਮ ਪਾਏ ਨੂੰ 5-6 ਸਾਲ ਹੋ ਗਏ। 5-6 ਸਾਲ ਦੇ ਵਿੱਚ ਤੁਸੀਂ ਸਾਨੂੰ ਕੀ ਨਜ਼ਰ ਆਇਆ? ਅਗਰ ਇੱਥੇ ਸਹੀ ਤਰ੍ਹਾਂ ਮਿਹਨਤ ਕੀਤੀ ਜਾਵੇ ਤਾਂ ਇੱਥੋਂ ਫਾਇਦਾ ਚੁੱਕਿਆ ਜਾ ਸਕਦਾ? ਤੁਸੀਂ ਸਾਡੇ ਨਾਲ ਜ਼ਿਆਦਾ ਤਜਰਬੇਕਾਰ ਹੈਗੇ ਹੋ ਬਾਈ, ਗੱਲ ਹੈ ਮੈਨੇਜਮੈਂਟ ਤੁਸੀਂ ਕਰਨੀ ਆ, ਅਸੀਂ ਤੇ ਆਉਣਾ ਕੋਈ ਗੱਲ ਮਤਲਬ ਮਸਾਇਲ ਹੋਇਆ ਉਹਨੂੰ ਦੇਖਣਾ ਜਾਂ ਦੱਸਣਾ। ਤੁਸੀਂ ਕੀ ਸਮਝਦੇ ਹੋ ਮਿਹਨਤ ਕਰਕੇ ਤੋਂ ਫਾਇਦਾ ਚੁੱਕਿਆ ਜਾ ਸਕਦਾ ਫਾਰਮਿੰਗ ਤੋਂ? ਬਿਲਕੁਲ ਚੁੱਕਿਆ ਜਾ ਸਕਦਾ, ਇਹ ਤਾਂ ਮਿਹਨਤ ਦਾ ਸਿਹਰਾ, ਜਿੰਨਾ ਗੁੜ ਪਾਓਗੇ ਉਨਾ ਮਿੱਠਾ ਲਾਓਗੇ। ਅੱਜ ਤੱਕ ਤੁਹਾਡੇ ਕੋਲ ਤੁਹਾਡੇ ਫਾਰਮ ਤੇ ਹਾਂਜੀ ਕੋਈ ਬੱਚੇ ਜਮ੍ਹਾਂ ਹੋਏ ਆਪਣੇ ਘਰ ਦੇ? ਹਾਂਜੀ, ਮਾਸ਼ਾਅੱਲਾ ਕਾਫੀ ਹੋਏ ਸੀਗੇ, ਕੁਝ ਵੇਚ ਲਏ ਨੇ, ਕੁਝ ਹੈਗੇ ਨੇ ਹਲੇ, ਕੁਝ ਗਾਈਆਂ ਤਿਆਰ ਹੋਈਆਂ ਸੀ ਉਹ ਵੀ ਵੇਚ ਲਈਆਂ ਸੀਗੀਆਂ। ਕੁਛ ਇੱਥੇ ਮਸਲਾ ਹੋਇਆ ਸੀ, ਅੱਜ ਤੋਂ 3 ਸਾਲ ਪਹਿਲੇ ਨਾ ਜਾਨਵਰ ਕੋਈ ਥਲੇਰੀਆ ਦੀ ਵਜ੍ਹਾ ਤੋਂ ਹੋ ਗਿਆ ਸੀ ਐਕਸਪਾਇਰ, ਥਲੇਰੀਆ ਆਇਆ ਸੀ ਜਿਹਦੀ ਵਜ੍ਹਾ ਤੋਂ ਜਾਨਵਰ ਐਕਸਪਾਇਰ ਹੋ ਗਏ ਸੀ। ਮਾਸ਼ਾਅੱਲਾ ਜਗ੍ਹਾ ਕਾਫੀ ਆ, ਇਨਸ਼ਾਅੱਲਾ ਇਹਨਾਂ ਨੂੰ ਆਸਤਾ ਆਸਤਾ ਜਾਨਵਰਾਂ ਨੂੰ ਵਧਾਇਆ ਜਾਏਗਾ। ਹਾਂਜੀ, ਤੇ ਪੱਠੇ ਪਾਉਂਦੇ ਨੇ? ਹਾਂਜੀ, ਪੱਠੇ ਬਰਸੀਨ ਦੇ ਦੌਰ 'ਤੇ ਬਰਸੀਨ ਪਾਈਦਾ, ਜਦੋਂ ਜਵਾਰ ਦਾ ਟਾਈਮ ਆਈਦਾ ਚਰੀ ਵਗੈਰਾ ਉਹ ਪਾਈਦੀ ਆ, ਫਿਰ ਨਹੀਂ ਤੇ ਗਾਚਰਾ ਮਕਈ ਦਾ ਬੀਜ ਕੇ ਉਹ ਪਾਈਦਾ। ਤੇ ਤੁਸੀਂ ਜਿਹੜਾ ਵਾ ਰੋਡ ਗਰਾਸ ਵੀ ਬੀਜਿਆ ਵਾ? ਹਾਂਜੀ, ਰੋਡ ਗਰਾਸ ਵੀ ਬੀਜਿਆ ਸੀ। ਰੋਡ ਗਰਾਸ ਦੇ ਬਾਰੇ ਤੁਹਾਡਾ ਤਜਰਬਾ ਕਿਵੇਂ ਰਿਹਾ? ਮੈਂ ਕਹਿੰਦਾ ਕਿ ਇਸ ਸਾਲ ਤੇ ਸਾਡਾ ਜਿਹੜਾ ਨਾ ਹਰਾ ਸਬਜ਼ ਤਾਂ ਮੁੱਕਿਆ ਹੀ ਨਹੀਂ ਨਾ ਹੈਗਾ ਸਾਡਾ ਸਬਜ਼, ਇਸ ਸਾਲ ਭਾਈ ਉਹਨਾਂ ਦਾ ਮੁੱਕਿਆ ਹੀ ਨਹੀਂ। ਹਾਂਜੀ, ਤੁਸੀਂ ਕੀ ਸਮਝਦੇ ਰੋਡ ਗਰਾਸ ਦੀ ਵਜ੍ਹਾ ਤੋਂ ਨਹੀਂ ਮੁੱਕਿਆ? ਰੋਡ ਗਰਾਸ ਦੀ ਵਜ੍ਹਾ ਤੋਂ, ਠੀਕ ਹੋ ਕੀ? ਬਾਕੀ ਪੱਠੇ ਜਿਹੜੇ ਨੇ ਨਾ ਚਾਰਾ ਵਗੈਰਾ ਉਹ ਗਰਮੀ ਨੂੰ ਵੀ ਕੁਛ ਰੁਕ ਜਾਂਦਾ ਵਾ, ਸਰਦੀ ਨੂੰ ਵੀ ਰੁਕ ਜਾਂਦਾ ਵਾ। ਠੀਕ ਹੋ ਗਿਆ, ਲੇਕਿਨ ਇਹ ਚੱਲਦਾ ਹੀ ਰਹਿੰਦਾ ਵਾ। ਇਹ ਸਿਰਫ ਸਰਦੀ ਦੇ ਆ, ਕੋਰੇ ਵਾਲੇ ਮਹੀਨੇ ਹੀ ਰੁਕਦਾ, ਇੰਨਾ ਵੀ ਨਹੀਂ ਰੁਕਦਾ ਕਿ ਜਿਹੜਾ ਬਿਲਕੁਲ ਹੀ ਹਰਾ ਖਤਮ ਹੋ ਜਾਵੇ, ਫਿਰ ਵੀ ਗੁਜ਼ਾਰੇ ਲੈ ਕੇ ਚੱਲ ਜਾਂਦਾ ਹੈ। ਗੁਜ਼ਾਰੇ ਲੈ ਕੇ ਫਿਰ ਵੀ ਚੱਲਦਾ ਰਹਿੰਦਾ, ਮਤਲਬ ਰੋਡ ਗਰਾਸ ਨੇ ਇਹਨਾਂ ਨੂੰ ਮੌਜ ਕਰਾਤੀ ਐਰ ਕੀ, ਰੋਡ ਗਰਾਸ ਲਵਾਇਆ ਸੀ ਮਾਸ਼ਾਅੱਲਾ। ਤੇ ਇਨਸ਼ਾਅੱਲਾ ਅਸੀਂ ਅਗਲੇ ਸਾਲ ਮਤਲਬ ਹੁਣ ਫਰਵਰੀ ਮਾਰਚ ਦੇ ਵਿੱਚ ਨਾ ਇਹ ਸੁਪਰ ਮੰਬਾਸਾ ਲਾਉਣਾ ਲਾਜ਼ਮੀ, ਬਿਲਕੁਲ, ਤਾਂ ਕਿ ਅਸੀਂ ਜਿਹੜੀ ਪੱਠੇ ਦੀ ਸ਼ਾਰਟੇਜ 'ਚੋਂ ਨਿਕਲ ਸਕੀਏ। ਪੱਠੇ ਦੀ ਸ਼ਾਰਟੇਜ ਐਰ ਕੀ ਨਹੀਂ ਆਈ ਇੱਥੇ ਬਿਲਕੁਲ ਵੀ, ਤੇ ਅੱਲਾ ਖੈਰ ਕਰਦਾ ਇੱਥੇ 2-3 ਬੜੀਆਂ ਸੋਹਣੀਆਂ ਸੋਹਣੀਆਂ ਗਾਈਆਂ ਨੇ ਜਿਹੜੀਆਂ ਮੈਨੂੰ ਜ਼ਾਤੀ ਤੌਰ 'ਤੇ ਬਹੁਤ ਪਸੰਦ ਆ, ਜਰਸੀ ਦੀ ਗਾਈ ਆ ਘਰ ਦੀ। ਇਹਦਾ ਦੁੱਧ ਟਾਈਮ ਦਾ ਕਿੰਨਾ ਸੀਗਾ? ਇਹਦਾ ਟਾਈਮ ਦਾ ਦੁੱਧ ਜਿਹੜਾ ਸੀਗਾ 12-13 ਕਿਲੋ, 12-13 ਕਿਲੋ ਜਦੋਂ ਪੀਕ ਦਾ ਦੁੱਧ ਸੀ ਇਹਦਾ, 12-13 ਕਿਲੋ ਟਾਈਮ ਦਾ। ਮਾਸ਼ਾਅੱਲਾ, ਇਹਨੂੰ ਸੁਬਾ ਕਿੰਨਵਾਂ ਵਾ? ਨਹੀਂ ਭਾਈ, ਇਹਨੂੰ ਸੁਬਾ ਹੈਗਾ ਵਾ 5ਵਾਂ, ਇਹਨੂੰ 5ਵਾਂ ਸੁਬਾ ਵਾ। ਅਗਰ ਅਸੀਂ ਇਸ ਜਾਨਵਰਾਂ ਨੂੰ ਗਿਣੀਏ ਨਾ, ਕੈਲਕੂਲੇਟ ਕਰੀਏ, ਤਾਂ ਕੋਈ ਵੀ ਬਿਜ਼ਨਸ ਨਹੀਂਗਾ ਜਿਨ੍ਹਾਂ ਦਾ ਮੈਨੂੰ ਯਾਨੀ ਮਾੜਾ ਮੋਟਾ ਪਤਾ ਵਾ। ਯਾਨੀ ਇਹ 5 ਸਾਲਾਂ 'ਚ ਇਹਨੇ 5 ਬੱਚੇ ਦੇ ਦਿੱਤੇ ਆਪਾਂ, ਹਾਂਜੀ 5 ਬੱਚੇ, ਤੇ ਸਮਝ ਲਓ ਜਿੰਨੇ ਦੀ ਆਈ ਹੈ ਉਹ ਤੋਂ 3-4 ਗੁਣਾ ਕੀਮਤ ਕੱਢ ਚੁੱਕੀ ਆ ਆਪਣੀ। ਹਾਂਜੀ ਬਿਲਕੁਲ ਕੱਢ ਚੁੱਕੀ ਹੈ। ਤੇ ਅਗਰ ਅਸੀਂ ਮਿਹਨਤ ਕਰਕੇ ਇਹਨਾਂ ਤੋਂ ਦੁੱਧ ਨੂੰ ਅਸੀਂ ਪੈਸਾ ਨਾ ਸਮਝੀਏ, ਦੁੱਧ ਕਦੇ ਵੀ ਪੈਸਾ ਨਹੀਂ ਹੈਗਾ। ਹਾਂਜੀ, ਅਸਲ ਪੈਸਾ ਇਹਨਾਂ ਦੇ ਬੱਚੇ ਹੀ ਨੇ, ਬਿਲਕੁਲ ਠੀਕ ਆ, ਅਸਲ ਪੈਸਾ ਇਹਨਾਂ ਦੇ ਬੱਚੇ ਹੀ ਨੇ ਜਿਹੜੇ ਅਸੀਂ ਪਾਲ ਕੇ ਟਾਈਮ ਨਾਲ ਜਵਾਨ ਕਰ ਲਈਏ, ਠੀਕ ਆ। ਦੁੱਧ ਤੇ ਫਾਰਮ ਦਾ ਖਰਚਾ ਕੱਢਦਾ ਵਾ, ਮੁਲਾਜ਼ਮ ਮੁਲਾਜ਼ਮ ਦੀ ਤਨਖਾਹ ਕੱਢਦਾ ਵਾ, ਦੁੱਧ ਹੋਰ ਕੁਛ ਨਹੀਂ ਕਰਦਾ। ਤੇ ਚਲੋ ਅੱਲਾ ਖੈਰ ਕਰਦਾ ਵਾ, ਮੈਂ ਇੱਥੇ ਇਹ ਹੀ ਕਰਨ ਆਇਆ ਸੀਗਾ। ਨਹੀਂ ਭਾਈ, ਚਲੋ ਇੱਕ ਹੋਰ ਹੀ ਗੱਲ ਦੱਸੋ, ਮੈਂ ਕੋਈ 1-1.5 ਸਾਲ ਤੁਹਾਨੂੰ ਛੱਡੀ ਰੱਖਿਆ, 1-1.5 ਸਾਲ ਬਾਅਦ ਤਕਰੀਬਨ ਸ਼ੁਰੂ ਕੀਤਾ, ਤੁਸੀਂ ਮੇਰੇ ਨਾਲ ਪਹਿਲੇ ਵੀ ਚੱਲਦੇ ਰਹੇ, ਹੁਣ ਦੁਬਾਰਾ ਸ਼ੁਰੂ ਕੀਤਾ, ਜਦੋਂ ਆਪਾਂ ਚੱਲਦੇ ਸੀ ਤਾਂ ਤੁਸੀਂ ਕੈਸਾ ਮਹਿਸੂਸ ਕਰਦੇ ਸੀ? ਛੱਡਣ ਤੋਂ ਬਾਅਦ ਤੁਹਾਨੂੰ ਕੀ ਪ੍ਰੋਬਲਮ ਆਈ ਜਾਂ ਨਹੀਂ ਆਈ, ਜਾਂ ਹੁਣ ਤੁਸੀਂ ਫਿਰ ਕਿੱਦਾਂ ਦੁਬਾਰਾ ਮੇਰੇ ਵੱਲ ਆਏ? ਡਾਕਟਰ ਸਾਹਿਬ, ਜਦੋਂ ਤੁਸੀਂ ਚੱਲਦੇ ਸੀਗੇ ਤੇ ਸਾਡੀ ਕੋਈ ਵੀ ਗਾਏ, ਅੱਲਾਹ ਤਾਲਾ, ਬਾਕੀ ਅੱਲਾਹ ਤਾਲਾ ਦੇ ਹੱਥ 'ਚ ਨਿਜ਼ਾਮ ਸਾਰਾ, ਅੱਲਾਹ ਦੇ ਹੱਥ 'ਚ, ਤੇ ਅੱਲਾਹ ਤਾਲਾ ਨੇ ਕਿਸੇ ਇਨਸਾਨ ਦੇ ਹੱਥ 'ਚ ਨਿਜ਼ਾਮ ਇਹੋ ਜਿਹਾ ਦਿੱਤਾ ਹੋਇਆ ਕਿ ਜਿਹੜਾ ਇਨਸਾਨ ਉਹ ਕੰਮ ਕਰੇ ਤੇ ਅੱਲਾਹ ਤਾਲਾ ਨੂੰ ਪੂਰਾ ਕਰਦੇ ਨੇ। ਬਿਲਕੁਲ, ਬਾਕੀ ਅਸੀਂ ਕਈ ਡਾਕਟਰ ਆਏ ਨੇ ਸਾਡੇ ਕੋਲ, ਬਦਲਦੇ ਰਹੇ ਹਾਂ, ਸਾਨੂੰ ਉਹ ਨਤੀਜਾ ਨਹੀਂ ਮਿਲਿਆ ਜਿਹੜਾ ਸਾਨੂੰ ਪਹਿਲੇ ਮਿਲਦਾ ਸੀ, ਠੀਕ ਹੈ ਨਾ, ਨਾ ਸਾਡੀ ਉਹ ਮੈਡੀਸਨ ਸਾਨੂੰ ਮਿਲ ਸਕੀ ਆ ਜਾਨਵਰਾਂ ਨੂੰ, ਠੀਕ ਹੋ ਗਿਆ, ਨਾ ਸਾਨੂੰ ਵੈਕਸੀਨੇਸ਼ਨ ਸਹੀ ਤਰ੍ਹਾਂ ਡਾਕਟਰ ਸਾਹਿਬ ਕਰ ਸਕੇ ਨੇ ਜਿਹੜੇ ਵੀ ਆਏ ਨੇ ਸਾਡੇ ਕੋਲ, ਅੱਲਾਹ ਖੈਰ, ਇੱਕ ਸਰਕਾਰੀ ਵੈਕਸੀਨੇਸ਼ਨ ਤੋਂ ਇਲਾਵਾ ਬਾਕੀ ਕੋਈ ਡਾਕਟਰ ਜਿਹੜਾ ਨਹੀਂ ਸਹੀ ਤਰ੍ਹਾਂ ਸਾਡੇ ਤੱਕ ਪਹੁੰਚ ਸਕਿਆ। ਤੁਸੀਂ ਗੱਬਣ ਦੀ ਰੇਸ਼ੋ, ਗੱਬਣ ਡੰਗਰ ਦੀ ਜਿਹੜੀ ਰੇਸ਼ੋ ਕਿਵੇਂ ਰਹੀ, ਪਹਿਲੇ ਕਿਵੇਂ ਸੀਗੇ, ਕਿੰਨੇ ਟੀਕੇ ਰਖਾਉਣ ਤੋਂ ਬਾਅਦ ਨਿਕਲ ਆਉਂਦਾ ਸੀ ਡੰਗਰ, ਤੇ ਹੁਣ ਕਿਵੇਂ ਰਹੀ ਹੈ? ਪਹਿਲੇ ਅਗਰ ਜਿਹੜਾ ਟਾਈਮ ਤੁਸੀਂ ਸੀਗੇ ਉਸ ਟਾਈਮ 'ਤੇ ਸਾਨੂੰ 1 ਤੋਂ 2 ਦਫ਼ਾ
ਜ਼ਿਆਦਾ ਤੋਂ ਜ਼ਿਆਦਾ ਦੂਸਰੀ ਦਫ਼ਾ ਟੀਕਾ ਸਾਨੂੰ ਰੱਖਵਾਉਣਾ ਪੈਂਦਾ ਸੀ। ਬਿਲਕੁਲ ਹੁਣ ਸਾਡੇ ਦੇ ਕੋਲ ਇਹੋ ਜਿਹੇ ਡਾਕਟਰ ਆਏ ਨੇ ਕਿ 7-7 ਦਫ਼ਾ ਵੀ ਇੰਜੈਕਸ਼ਨ ਰੱਖਿਆ ਵਾ ਗਾਇਆ ਨੂੰ, ਬਿਲਕੁਲ ਲੱਗ ਇੱਦਾਂ ਨਹੀਂ ਹੀ। ਨਿਕਲੀ। ਇਸ ਵਜ੍ਹਾ ਤੋਂ ਅਸੀਂ ਤੁਹਾਨੂੰ ਦੁਬਾਰਾ ਫਿਰ ਬੁਲਾਇਆ, ਤੁਹਾਡੀ ਮਿਹਨਤ ਕੀਤੀ ਕਿ ਸਾਡੇ ਕੋਲ ਆਓ ਤੁਸੀਂ। ਚਲੋ, ਇਹ ਤੁਹਾਡੀ ਮੁਹੱਬਤ ਆ ਤੇ ਭਰਾਵਾਂ ਦੀ ਮੁਹੱਬਤ ਸੀਗੀ। ਮੈਂ ਇੱਕ ਟਾਈਮ ਸੀ ਇਲਾਕਾ ਛੱਡਤਾ ਸੀ, ਬਿਲਕੁਲ ਹੁਣ ਦੁਬਾਰਾ ਸ਼ੁਰੂ ਕੀਤਾ ਵਾ। ਇੱਥੇ ਮਿਸਾਇਲ ਬਹੁਤ ਜ਼ਿਆਦਾ ਨੇ। AI ਜਿਹੜੀ ਆ ਇੱਕ ਐਸਾ ਸ਼ੋਭਾ ਵਾ ਕਿ ਜਿਹਦੇ ਵਿੱਚ ਐਕਸਪਰਟ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਆ। ਅੱਲਾਹ ਤਾਲਾ ਆਪਣੀਆਂ ਰਹਿਮਤਾਂ ਸਾਰਿਆਂ 'ਤੇ ਕਰੇ, ਸਾਰਿਆਂ ਦੇ ਉੱਤੇ ਢੇਰ ਢੇਰ ਰਹਿਮਤਾਂ ਕਰੇ। ਪਰ ਜਿਹੜਾ ਵਾ ਨਾ ਇਹ ਟੀਕਾ ਰੱਖਣਾ ਅਤੇ ਉਸ ਤੋਂ ਬਾਅਦ ਕੰਸੈਪਸ਼ਨ ਰੇਟ ਯਾਨੀ ਬੱਚਾ ਗੱਭ ਵੀ ਰੱਖਿਆ ਗਿਆ ਗਾਈਂ, ਇਹ ਟਾਈਮਿੰਗ ਦਾ ਇੱਕ ਬਹੁਤ ਵੱਡਾ ਇਸ਼ੂ ਆ। ਦੂਜਾ ਬੰਦੇ ਦਾ ਪਤਾ ਹੋਣਾ ਚਾਹੀਦਾ ਵੀ ਅੰਦਰ ਹੈ ਕੀ ਹੈ। ਅੱਜ ਕੱਲ੍ਹ ਇੰਨੇ ਕੁ ਮਸਾਇਲ ਸਾਹਮਣੇ ਆ ਗਏ ਨੇ ਕਿ ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। ਮੈਂ ਰਾਤ ਗਿਆ ਵਾਂ ਇੱਕ ਜਗ੍ਹਾ 'ਤੇ ਅਤੇ ਉਹਨਾਂ ਨੇ ਕਿਹਾ ਜੀ ਗਾਈਂ ਚੈੱਕ ਕਰ ਦਿਓ, ਹੀਟ 'ਚ ਆਈ ਆ। ਇੱਕ ਗਾਏ ਨੂੰ AI ਕੀਤੀ, ਦੂਜੀ ਉਹਨਾਂ ਨੇ ਲੈ ਆਂਦੀ ਹੈ ਗੰਦ ਮਾਰਦੀ ਪਈ ਹੈ, ਹੀਟ 'ਚ ਆਈ ਹੈ ਕਿ ਬੋਲੀ ਹੋਈ ਆ। ਜਦੋਂ ਮੈਂ ਹੱਥ ਪਾਇਆ ਤਾਂ 5 ਮਹੀਨੇ ਦੀ ਗੱਭਣ ਨਿਕਲੀ ਗਾਈਂ। ਉਹਨੇ ਕਿਹਾ ਸ਼ੁਕਰ ਆ ਅੱਲਾ ਦਾ। ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ, ਫਿਰ ਮੈਂ ਨਾਂ ਨਹੀਂ ਲਵਾਂਗਾ ਕਿਸੇ ਦਾ ਵੀ, ਕਿ ਕੁਛ ਅਰਸਾ ਪਹਿਲੇ ਹੀ ਇੱਕ ਬੰਦਾ ਉਹਨਾਂ ਦੀ 4 ਮਹੀਨੇ ਦੀ ਪ੍ਰੈਗਨੈਂਟ ਗਾਈ ਨੂੰ ਟੀਕਾ ਰੱਖ ਗਿਆ ਅਤੇ ਉਹਨੇ ਬੱਚਾ ਸਿੱਟਤਾ। ਇੱਦਾਂ ਦੇ ਬੇਸ਼ੁਮਾਰ ਵਾਕਿਆਤ ਨੇ, ਬੇਸ਼ੁਮਾਰ ਜਗ੍ਹਾ 'ਤੇ ਇੱਦਾਂ ਹੋ ਰਿਹਾ ਕਿ ਪ੍ਰੈਗਨੈਂਟ ਨੂੰ ਖਾਲੀ ਔਰ ਖਾਲੀ ਨੂੰ ਪ੍ਰੈਗਨੈਂਟ ਕੀਤਾ ਜਾ ਰਿਹਾ। ਈਵਨ ਕਿ ਅਲਟਰਾਸਾਊਂਡ ਨਾਲ ਵੀ ਇਹ ਮਾਮਲਾਤ ਪੇਸ਼ ਆ ਰਹੇ ਆ। ਅਤੇ ਕੁਛ ਤੁਸੀਂ ਖੁਦ ਵੀ ਸਿੱਖੋ, ਬਹੁਤ ਸਾਰੀਆਂ ਕੰਮਾਂ ਨੂੰ ਕੋਸ਼ਿਸ਼ ਕਰੋ ਕਿ ਖੁਦ ਵੀ ਸਿੱਖੋ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ, ਬੁਨਿਆਦੀ ਨੌਲੇਜ ਹੋਣਾ ਚਾਹੀਦਾ ਤੁਹਾਡੇ ਕੋਲ ਵੀ ਕਿਹੜੀ ਸ਼ੈ ਕਿੱਦਾਂ ਵਾ। ਉਸ ਤੋਂ ਬਾਅਦ ਫਿਰ ਤੁਸੀਂ ਅੱਲਾ ਦੇ ਬਾਅਦ AI ਟੈਕਨੀਸ਼ੀਅਨ ਦੇ ਰਹਿਮ ਮੁਕਮ 'ਤੇ। ਚਲੋ, ਉਮੀਦ ਕਰਨਾ ਵਾ ਸਾਰੇ ਖੈਰ ਖਰੀਅਤ ਨਾਲ ਹੋਵੋਗੇ। ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਨਈਮ ਭਾਈ ਦਾ, ਮਾਸ਼ਾ ਅੱਲਾ ਜਿਹੜੇ ਆਪਣੀ ਵਰਕਿੰਗ ਖੁਦ ਕਰਦੇ ਨੇ। ਅੱਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਅਤੇ ਮੈਂ ਤੁਹਾਡੇ ਤੋਂ ਚਾਹਾਂਗਾ ਇਜਾਜ਼ਤ। ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹ।